So sit back, but don't relax. The energy is about to rise. The excitement is about to peak. Get ready to witness the biggest Punjabi artist on the planet of all time. The moment has arrived.
लव ये हिस्ट्री से लिखा गया अगला चैप्टर रॉजर स्टेडियम भारत पंजाबियों का है। मैं क्या पंजाबी आ गए महाराज कृपा कर दुनिया की ऐसी कोई स्टेज नहीं बचती महाराज कृपा कर सारे कलाकार सारे आर्टिस्ट और भी सारे मेहनत कर रहे हैं कोई दुनिया की ऐसी स्टेज बचूंगी नहीं जिसे पंजाबी नहीं ना खड़े हो ¡Gracias!
Thank you.
ਇਹ ਚਲਾ ਜਾਵੇ ਤੇ ਹੈ ਇਹ ਆਏ ਤਾਂ ਠੀਕ ਹੈ ਨਹੀਂ ਲੱਗ ਜਾ ਇਹ ਤਾਂ ਪੰਜਾਬ ਪੁਲਿਸ ਆ ਗਈ ਹੋਇਆ ਉਹ ਥੈਂਕ ਯੂ ਜੱਜ ਜੂਨੀਅਰ ਨੂੰ ਪਿਆਰ ਦੇ ਰਿਹਾ ਥੈਂਕ ਯੂ ਜਦੋਂ ਮੈਂ ਗਾਣੇ ਗਾਉਂਦਾ ਮੈਂ ਭੁੱਲ ਜਾਂਦਾ ਮੈਂ ਫਿਰ ਤੋਂ ਪਤਾ ਵੀ ਕਰਦਾ ਉਹ ਛੋੜੂ ਪੰਜਾਬ ਪੁਲਿਸ ਕਿੱਥੋਂ ਆ ਗਈ Yeah.
I'm gonna be
I'm gonna go.
Thank you.
Thank you.
2002 ਤੋਂ ਸ਼ੁਰੂ ਕੀਤਾ ਸੀ ਸ਼ੁਰੂ ਤੋਂ ਪਹਿਲੇ ਕਿਤੇ ਸੀ 12 ਸਾਲ ਦਾ ਸੀ ਮੇਰੀ ਗੱਲ ਤੋਂ ਬਾਈ ਸੀ ਜਦੋਂ ਮੈਂ 18 ਸਾਲ ਦਾ ਸੀ 6 ਸਾਲ ਦਾ ਕੈਰੀ ਚੱਲੀ ਜਾਂਦੀ ਸੀ 6 ਸਾਲ ਦਾ ਸੋ 18 ਸਾਲ ਦਾ ਸੀ ਜਦੋਂ ਮੇਰੀ ਫਸਟ ਗੱਲ ਤੋਂ ਬਾਈ ਇਸ਼ਕ ਸਾਹਿਬ ਦਾ ਹੌਲੀ ਹੌਲੀ ਗੱਲ ਬਣਨੀ ਸਟਾਰਟ ਹੋਈ ਜਿਹੜਾ ਪਹਿਲਾ ਗਾਣਾ ਵੱਧ ਹਿੱਟ ਹੋਇਆ ਜਿਹਦੇ ਕਰਕੇ ਥੋੜ੍ਹੀ ਬਹੁਤੀ ਪਛਾਣ ਬਣਨੀ ਸਟਾਰਟ ਹੋਈ ਫਿਲਮਾਂ ਤੋਂ ਪਹਿਲਾਂ ਵਾਲੇ ਜਿਹੜੇ ਫੈਨ ਹੈ ਉਹ ਤਾਂ ਜਾਣਦੇ ਆ ਜਿਹੜੇ ਫਿਲਮਾਂ ਤੋਂ ਬਾਅਦ ਵਾਲੇ ਫੈਨ ਉਹਨਾਂ ਨੂੰ ਸ਼ਾਇਦ ਉਹ ਤਾਂ ਹੋਏ ਜਿਹੜੇ ਫਿਲਮਾਂ ਤੋਂ ਪਹਿਲਾਂ ਵਾਲੇ ਫੈਨ ਉਹ ਜਾਣਦੇ ਮੇਰੇ ਲਈ ਗਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਗਾਣੇ ਤੋਂ ਮੈਨੂੰ ਪਹਿਲਾਂ ਪਛਾਣ ਆਏ ਨੀ ਗੱਲ ਮਾਫ ਚੋਰੀ ਦੀ ਆਏ ਨੀ ਗੱਲ ਮਾਫ ਚੋਰੀ ਦੀ ਆਏ ਨੀ ਗੱਲ ਮਾਫ
ਪੰਜਾਬੀ ਨੂੰ ਪੰਜਾਬ ਚੋਂ ਬਾਹਰ ਤਾਂ ਲਿਆ ਸਕਦੇ ਹਾਂ ਪਰ ਪੰਜਾਬ ਜਿਹੜਾ ਤੁਹਾਡੇ ਦਿਲ ਚੋਂ ਨਹੀਂ ਜਾ ਸਕਦਾ। ਦੱਸੋ ਮੈਨੂੰ ਪੰਜਾਬ ਨਾਲੋਂ ਘੱਟ ਮਾਹੌਲ ਬਣਿਆ ਤੁਹਾਡੇ ਲਈ, ਚਾਹੇ ਕੋਈ ਸਟੂਡੈਂਟਸ ਆਏ ਹੋਏ ਆ ਮਿਹਨਤ ਕਰਦੇ ਆ, ਚਾਹੇ ਕੋਈ ਪੁਰਾਣੀਆਂ ਫੈਮਿਲੀਜ਼ ਆਈਆਂ ਹੋਈਆਂ ਜਿਹਨਾਂ ਨੇ ਮਿਹਨਤ ਕੀਤੀ। ਸਾਡਾ ਬੀਸੀ ਸਟੇਡੀਅਮ ਸ਼ੋਅ ਸੀ, ਉੱਥੋਂ 2 ਕਿਲੋਮੀਟਰ ਸਿਰਫ 2 ਕਿਲੋਮੀਟਰ ਸੀ ਜਿੱਥੇ ਕਬਾ ਦਾਣਾ ਮਾਰੂ ਦਾ ਜਹਾਜ਼ ਉਤਰਿਆ ਸੀ, ਜਿੱਥੇ ਸਾਡੇ ਬੰਦਿਆਂ ਨੂੰ ਉਤਰ ਨਹੀਂ ਸੀ ਦਿੱਤਾ ਗਿਆ। 55,000 ਦਾ ਕੱਠ ਖੜ ਕੇ ਖੜੇ ਸੀ ਪੰਜਾਬੀ। ਅੱਜ ਸਟੇਡੀਅਮ ਸੋਲਡ ਆਊਟ ਹੈ ਇਹ ਪੰਜਾਬੀਆਂ ਕਰਕੇ। ਸੋ ਇਕੱਲੇ ਇਕੱਲੇ ਪੰਜਾਬੀ ਲਈ ਜਿਹੜਾ ਬੰਦਾ ਮਿਹਨਤ ਕਰਦਾ ਚਾਹੇ ਕਿੱਥੋਂ ਵੀ ਆਇਆ, ਅਤੇ ਉਹਦੇ ਲਈ ਸਪੈਸ਼ਲੀ ਇਸ ਕਰਕੇ ਮੈਂ ਹੂੰ ਪੰਜਾਬ। ਇਕੱਲਾ ਮੈਂ ਨਹੀਂ ਪੰਜਾਬ, ਪੰਜਾਬ ਤੁਹਾਡੇ ਸਾਰਿਆਂ ਨਾਲ ਬਣ। ਮੈਂ ਹੂੰ ਪੰਜਾਬ, ਮੈਂ ਹੂੰ।